ਹੈਲੋ ਫਰੈਂਡਸ, ਕੀ ਹਾਲ ਚਾਲ ਨੇ ਤੁਹਾਡੇ? ਅਤੇ ਅੱਜ ਮੈਂ ਘਰ ਹੀ ਹਾਂ। ਕਾਫੀ ਦਿਨ ਹੋ ਗਏ ਸੀ ਕੋਈ ਵੀਡੀਓ ਨਹੀਂ ਪਾਈ। ਮੈਂ ਸੋਚਿਆ ਕਿ ਇੱਕ ਵੀਡੀਓ ਬਣਾ ਲੈਂਦੇ ਹਾਂ, ਅਤੇ ਇਸ ਲਈ ਵੀਡੀਓ ਬਣਾ ਲਿਆ। ਮੈਂ ਬਣਾ ਲਿਆ ਚਾਹ, ਤੁਸੀਂ ਥੋੜ੍ਹੇ ਬਾਹਰ ਲਈ ਵਿਊ ਦੇਖ ਲਓ, ਫਿਰ ਆਪਾਂ ਕਰਦੇ ਹਾਂ ਗੱਲਾਂ। ਚਲੋ ਚਾਹ ਅਤੇ ਕੁਛ ਗੱਲਾਂ ਕਰਨੀਆਂ ਜੀ ਤੁਹਾਡੇ ਨਾਲ। ਚਲੋ ਬੈਠ ਕੇ ਕਰਦੇ। ਅਤੇ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਸੀਗਾ ਕਿ ਜਿਵੇਂ ਕਿ ਤੁਸੀਂ ਕਾਫੀ ਪਿੱਛੇ ਵੀਡੀਓ 'ਚ ਦੇਖਿਆ ਵਾ ਵੀ ਮੈਂ ਦੱਸਿਆ ਸੀਗਾ ਵੀ ਕਿਵੇਂ ਆ ਸਕਦੇ ਤੁਸੀਂ ਕੈਨੇਡਾ, ਅਤੇ ਕਾਫੀ ਵੇ ਆ ਵੈਸੇ ਆਉਣ ਦੇ। ਜੇ ਤੁਸੀਂ ਵਰਕ 'ਤੇ ਆਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਆਈਲੈਟਸ ਕਰਨੀ ਪੈਣੀ, ਉਹ ਤਾਂ ਜ਼ਰੂਰੀ ਆ। ਕਾਫੀ ਜਣਿਆਂ ਨੇ ਮੈਨੂੰ ਪੁੱਛਿਆ ਸੀ, ਅਤੇ ਜੇ ਤੁਸੀਂ ਟੂਰਿਸਟ ਹੋਣਾ ਚਾਹੁੰਦੇ ਹਾਂ ਤਾਂ ਇੱਥੋਂ ਸਪੋਂਸਰ ਵਗੈਰਾ ਨਹੀਂ ਕਿ ਉਹ ਵੀ ਆਪਾਂ ਸਾਰਾ ਕੰਮ ਕਰਵਾ ਦਾਂਗੇ। ਅਗਰ ਜੇ ਤੁਸੀਂ ਟੂਰਿਸਟ ਹੋਣਾ ਚਾਹੁੰਦੇ ਹੋ, ਜੇ ਵਰਕ 'ਤੇ ਆਉਣਾ ਚਾਹੁੰਦੇ ਤਾਂ ਵਰਕ 'ਤੇ ਵੀ ਆ ਸਕਦੇ ਹੋ, ਅਤੇ ਵਰਕ 'ਤੇ ਆਈਲੈਟਸ ਜ਼ਰੂਰੀ ਆ। ਤੁਹਾਡਾ ਵਰਕ ਐਕਸਪੀਰੀਅੰਸ ਜ਼ਰੂਰੀ ਆ, ਜਿਸ ਫੀਲਡ 'ਚ ਤੁਸੀਂ ਕੰਮ ਕਰਦੇ ਹੋ ਉਹ ਜ਼ਰੂਰੀ ਆ। ਮੈਂ ਆਪਦਾ ਨੰਬਰ ਥੱਲੇ ਦੇ ਦੂੰਗਾ, ਅਤੇ ਤੁਸੀਂ ਮੈਨੂੰ ਕਾਲ ਕਰਕੇ ਸਾਰੀ ਇਨਫੋਰਮੇਸ਼ਨ ਲੈ ਸਕਦੇ ਹੋ ਕਿ ਕੀ ਵੇ ਹੁੰਦਾ ਵਾ, ਕਿਵੇਂ ਆ ਸਕਦੇ ਹਾਂ। ਕਨੇਡਾ 'ਚ ਕਾਫੀ ਕੰਮ ਵੀ ਹੈ ਬੀ ਸੀ 'ਚ, ਇਹੋ ਜਿਹੀ ਕੋਈ ਗੱਲ ਨਹੀਂ। ਜੋ ਬੰਦਾ ਆਉਂਦਾ ਵਾ ਕਿ ਕਾਫੀ, ਮਤਲਬ ਮੈਂ ਸੁਣਿਆ ਕਿ ਕਹਿੰਦੇ ਕੰਮ ਨਹੀਂ ਹੈਗਾ, ਜੇ ਉਹ ਨਹੀਂ ਹੈ, ਸਭ ਕੁਛ ਨਹੀਂ ਹੈਗਾ। ਕੰਮ ਬਹੁਤ ਆ, ਕਰਨ ਵਾਲਾ ਬੰਦਾ ਚਾਹੀਦਾ, ਕੰਮ ਵਾਧੂ ਆ। ਅਤੇ ਵੀ ਕਿਸੇ ਵੀ ਤਰ੍ਹਾਂ ਦੀ ਇਨਫੋਰਮੇਸ਼ਨ ਲੈਣੀ ਹੁੰਦੀ ਹੈ ਤਾਂ ਤੁਸੀਂ ਮੈਨੂੰ ਇੰਸਟਾ 'ਤੇ ਫੋਲੋ ਕਰ ਲਓ, ਯੂਟਿਊਬ 'ਤੇ ਮੈਸੇਜ। ਮੈਂ ਕਈ ਵਾਰ ਤੁਹਾਡਾ ਰਿਪਲਾਈ ਨਹੀਂ ਕੀਤਾ ਜਾਂਦਾ, ਉਹਦੇ ਲਈ ਮੈਂ ਮਾਫੀ ਚਾਹੁੰਦਾ ਵਾਂ। ਪਰ ਤੁਸੀਂ ਮੈਸੇਜ ਕਰੋ, ਮੈਂ ਕੋਸ਼ਿਸ਼ ਕਰਦਾ ਸਾਰਿਆਂ ਦੇ ਮੈਸੇਜ ਪੜ੍ਹਦਾ, ਕਮੈਂਟ ਪੜ੍ਹਦਾ ਵਾਂ, ਅਤੇ ਉਹ ਵੀਡੀਓ 'ਚ ਕਵਰ ਕਰਨ ਦੀ ਕੋਸ਼ਿਸ਼ ਕਰਦਾ। ਕਾਫੀ ਜਣਿਆਂ ਨੇ ਮੈਨੂੰ ਪੈਸਿਆਂ ਦਾ ਪੁੱਛਿਆ ਵੀ ਪੈਸੇ ਮੈਂ ਤੁਹਾਨੂੰ ਐਂ ਕਿਵੇਂ ਦੱਸ ਸਕਦਾ, ਮੈਂ ਕਿਹੜਾ ਕੋਈ ਏਜੰਟ ਆ। ਮੈਂ ਤਾਂ ਸਿਰਫ ਤੁਹਾਨੂੰ ਇੱਕ ਰਾਹ ਪਾ ਸਕਦਾ ਵਾਂ, ਅਤੇ ਬਾਕੀ ਕੰਮ ਤਾਂ ਤੁਸੀਂ ਆਪ ਕਰਨਾ ਜਾਂ ਤੁਹਾਡੇ ਏਜੰਟ ਨੇ ਕਰਨਾ। ਅਤੇ ਬਸ ਮੈਂ ਤੁਹਾਨੂੰ ਦੱਸ ਸਕਦਾ ਵੀ ਕਿਹੜੇ ਕਿਹੜੇ ਡਾਕੂਮੈਂਟ ਚਾਹੀਦੇ ਹੁੰਦੇ ਆ, ਕੀ ਪ੍ਰੋਸੈਸ ਹੁੰਦਾ ਵਾ, ਕਿੰਨਾ ਟਾਈਮ ਲੱਗਦਾ, ਉਹ ਸਾਰਾ ਕੁਛ ਮੈਂ ਤੁਹਾਨੂੰ ਦੱਸ ਸਕਦਾ ਬਸ। ਅਤੇ ਅਗਰ ਜੇ ਤੁਸੀਂ ਜਾਣਨਾ ਚਾਹੁੰਦੇ ਹਾਂ ਤਾਂ ਮੈਂ ਥੱਲੇ ਨੰਬਰ ਦੇ ਦੂੰਗਾ, ਤੁਸੀਂ ਮੈਨੂੰ ਕਾਲ ਕਰ ਲਿਓ। ਅਤੇ ਕੈਨੇਡਾ ਨੇ ਜਿਵੇਂ ਕਾਫੀ ਸੌਖਾ ਕਰਤਾ ਵਾ ਆਉਣਾ, ਇੰਨਾ ਵੀ ਔਖਾ ਨਹੀਂ ਗਾ ਜਿਵੇਂ ਆਪਾਂ ਨੂੰ ਪੰਜਾਬ ਤੋਂ ਲੱਗਦਾ, ਉਨਾ ਔਖਾ ਨਹੀਂ ਗਾ, ਬਹੁਤ ਈਜ਼ੀ ਆ ਕੈਨੇਡਾ ਆਉਣਾ। ਅਤੇ ਇੱਥੇ ਕਾਫੀ ਤਰ੍ਹਾਂ ਦੇ ਕੰਮ ਆ ਜੋ ਤੁਸੀਂ ਆ ਕੇ ਕਰ ਸਕਦੇ ਹੋ, ਤੁਹਾਡੀ ਫੀਲਡ 'ਚ ਮਿਲ ਗਿਆ ਤਾਂ ਤੁਹਾਨੂੰ ਬਹੁਤ ਵਧੀਆ, ਨਹੀਂ ਹੋਰ ਵੀ ਕਾਫੀ ਤਰ੍ਹਾਂ ਦੇ ਕੰਮ ਆ ਆ ਕੇ ਤੁਸੀਂ ਕਰ ਸਕਦੇ। ਈਜ਼ੀ ਕੰਮ ਵੀ ਆ, ਹਾਰਡ ਵੀ ਆ, ਜਿਹੋ ਜਿਹਾ ਤੁਸੀਂ ਕਰਨਾ ਚਾਹੋ ਉਹੋ ਜਿਹੇ ਪੈਸੇ ਮਿਲਦੇ ਆ। $19 ਮਤਲਬ ਮਿਨੀਮਮ ਪੇ, ਜਿਵੇਂ ਤੁਹਾਨੂੰ ਪਤਾ ਪੀ ਸੀ 'ਚ ਹੁਣ ਵਧਾਤੀ ਆ, 1480 ਕਰਤੀ ਆ, ਮਤਲਬ ਹਜੇ ਕੀਤੀ ਨਹੀਂ ਪਰ ਕਰ ਦੇਣਗੇ ਅਗਲੇ ਮਹੀਨੇ ਤੋਂ ਕਰ ਦੇਣੀ ਆ, ਹੋਰ ਵੀ ਵਧਾਉਣਗੇ ਮਿਨੀਮਮ ਪੇ, ਅਤੇ ਇਹ ਵੱਧਦੇ ਹੀ ਜਾਂਦੇ ਆ। ਅਤੇ ਕੋਈ ਇਹੋ ਜਿਹਾ ਚੱਕਰ ਨਹੀਂ ਵੀ ਬੀ ਸੀ ਮਹਿੰਗਾ, ਬੀ ਸੀ ਸਾਰਿਆਂ ਦਾ ਇੱਕੋ ਜਿਹਾ ਹੀ ਆ, ਟੋਰਾਂਟੋ 'ਚ ਵੀ ਇੰਨਾ ਹੀ ਰੇਟ ਆ ਸਭ ਕਾਸੇ ਦਾ, ਅਤੇ ਬੀ ਸੀ 'ਚ ਵੀ ਇੰਨਾ ਹੀ ਆ। ਉੱਥੇ ਵੀ 1300-1400 ਦੀ ਬੇਸਮੈਂਟ ਮਿਲਦੀ, ਅੱਬਲ ਦਾ ਉਦੋਂ ਜ਼ਿਆਦਾ ਹੀ ਮਿਲਦੀ, ਇੱਥੇ ਵੀ ਇੰਨੇ ਕੁ ਦੀ ਮਿਲਦੀ ਆ, 2 ਬੈਡਰੂਮ ਦੀ ਬੇਸਮੈਂਟ ਇੰਨੇ ਕੁ ਦੀ ਮਿਲਦੀ ਆ। ਜਿਵੇਂ ਕਿ ਖਰਚਾ, ਜੇ ਮੈਂ ਤੁਹਾਨੂੰ ਦੱਸਾਂ ਬਈ ਖਰਚਾ ਕਿੰਨਾ ਹੁੰਦਾ, ਬਈ ਜੇ ਮੰਥਲੀ ਆਪਾਂ ਮੰਨ ਕੇ ਚੱਲੀਏ ਵੀ ਮੰਥਲੀ ਇੱਕ ਬੰਦੇ ਦਾ ਖਰਚਾ $1000 ਦਾ ਪੱਕਾ ਆ ਹੀ ਜਾਂਦਾ, ਬਈ $1000 ਤਾਂ ਲੱਗਣਾ ਹੀ ਲੱਗਣਾ। ਘਰ ਦਾ ਰੈਂਟ, ਗਰੋਸਰੀ, ਐਗਜੈਕਟਰਾ ਐਗਜੈਕਟਰਾ, ਕਾਫੀ ਤਰ੍ਹਾਂ ਦਾ ਖਰਚਾ ਹੁੰਦਾ ਵਾ। ਅਤੇ ਫਿਰ ਵੀ ਮੋਸਟਲੀ ਬੰਦਾ ਕਾਫੀ ਪੈਸੇ ਕਮਾ ਲੈਂਦਾ, ਬਚਾ ਵੀ ਸਕਦਾ ਅਗਰ ਉਹ ਥੋੜ੍ਹਾ ਜਿਹਾ ਤਰੀਕੇ ਨਾਲ ਚੱਲੇ। ਅਤੇ ਬਸ ਮੈਂ ਇਹੀ ਦੱਸਣਾ ਚਾਹੁੰਦਾ ਸੀ, ਅਗਰ ਜੇ ਕੁਛ ਤੋਂ ਪੁੱਛਣਾ ਚਾਹੁੰਦੇ ਹੋ ਤਾਂ ਤੁਸੀਂ ਮੈਨੂੰ ਪੁੱਛ ਸਕਦੇ ਹੋ, ਅਤੇ ਮੈਂ ਤੁਹਾਡੀ ਪੂਰੀ ਪੂਰੀ ਮਦਦ ਕਰੂੰਗਾ। ਵੀਡੀਓ ਕਈ ਵਾਰ ਬਣਾਈ ਨਹੀਂ ਆਉਂਦੀ ਕਿਉਂਕਿ ਟਾਈਮ ਨਹੀਂ ਹੁੰਦਾ,
ਮੈਂ ਮੈਸੇਜ 'ਤੇ ਤੁਹਾਡਾ ਰਿਪਲਾਈ ਕਰਨ ਦੀ ਪੂਰੀ ਪੂਰੀ ਕੋਸ਼ਿਸ਼ ਕਰੂੰਗਾ, ਤੁਸੀਂ ਮੈਨੂੰ ਮੈਸੇਜ ਕਰੋ, ਚਲੋ ਮਿਲਦੇ ਹਾਂ ਨੈਕਸਟ ਵੀਡੀਓ 'ਚ।